ਹੈਲੋ ਦੋਸਤੋ ਇਹ ਹੈ ਮੇਰਾ ਵੀਡੀਓਜ਼ ਦਾ ਹੈਲਪ ਡੈਸਕ ਦੋਸਤੋ ਹੁੰਦੇ ਚੈਪਟਰ ਦੇ ਵਿੱਚ ਆਪਾਂ ਗੱਲ ਕਰਾਂਗੇ ਫਲਿੱਪਕਾਰਟ ਦੇ ਵਿੱਚ ਆਈਆਂ ਨੌਕਰੀਆਂ ਦੇ ਬਾਰੇ ਦੋਸਤੋ ਫਲਿੱਪਕਾਰਟ ਦੇ ਵਿੱਚ ਡਿਲੀਵਰੀ ਬੁਆਇਜ਼ ਦੀਆਂ ਨੌਕਰੀਆਂ ਨੇ ਜਿਸ ਦੇ ਵਿੱਚ ਜੇਕਰ ਆਪਾਂ ਗੱਲ ਕਰੀ ਸਭ ਤੋਂ ਪਹਿਲੀ ਪੋਸਟ ਦੀ ਮਤਲਬ ਕਿ ਸਭ ਤੋਂ ਪਹਿਲੀ ਲੋਕੇਸ਼ਨ ਦੀ ਤਾਂ ਦੋਸਤੋ ਉਹ ਹੈ ਲੁਧਿਆਣਾ ਲੁਧਿਆਣਾ ਦੇ ਵਿੱਚ ਟੋਟਲ 15 ਕੈਂਡੀਡੇਟ ਦੀ ਜ਼ਰੂਰਤ ਹੈ ਜਿਸ ਦੇ ਵਿੱਚ 10 ਕੈਂਡੀਡੇਟ ਚਾਹੀਦੇ ਹਨ ਐਮਬੀਡੀ ਮਾਲ ਦੇ ਲਾਗੇ ਤੇ ਜਲੰਧਰ ਬਾਈਪਾਸ ਦੇ ਲਾਗੇ 5 ਕੈਂਡੀਡੇਟ ਦੀ ਜ਼ਰੂਰਤ ਹੈ ਤੇ ਦੋਸਤੋ ਇਸ ਤੋਂ ਬਾਅਦ ਜੋ ਦੂਸਰੀ ਲੋਕੇਸ਼ਨ ਹੈ ਉਹ ਹੈ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਟੋਟਲ 9 ਕੈਂਡੀਡੇਟ ਚਾਹੀਦੇ ਹਨ ਇਸ ਤੋਂ ਬਾਅਦ ਮੁਹਾਲੀ ਮੁਹਾਲੀ ਦੇ ਵਿੱਚ ਟੋਟਲ 10 ਕੈਂਡੀਡੇਟ ਤੇ ਚੰਡੀਗੜ੍ਹ ਦੇ ਵਿੱਚ ਵੀ ਟੋਟਲ 10 ਕੈਂਡੀਡੇਟ ਦੀ ਜ਼ਰੂਰਤ ਹੈ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੇ ਕੁਝ ਜ਼ਰੂਰੀ ਰਿਕੁਆਇਰਡ ਡਾਕੂਮੈਂਟ ਦੀ ਠੀਕ ਹੈ ਦੋਸਤੋ ਇਸ ਦੇ ਵਿੱਚ ਕੈਂਡੀਡੇਟ ਦੇ ਕੋਲੇ ਆਪਦਾ ਵਹੀਕਲ ਜਰੂਰ ਹੋਣਾ ਚਾਹੀਦਾ ਹੈ ਦੋਸਤੋ ਤੁਹਾਡੇ ਕੋਲ ਆਪਦਾ ਵਹੀਕਲ ਹੋਵੇ ਬਾਈਕ ਵਗੈਰਾ ਤੁਹਾਡੇ ਕੋਲ ਆਪਦੀ ਹੋਣੀ ਚਾਹੀਦੀ ਹੈ ਬਾਈਕ ਦੀ ਆਰਸੀ ਵਗੈਰਾ ਜਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੇ ਤੁਹਾਡੇ ਕੋਲ ਆਪਦਾ ਇੱਕ ਬੈਂਕ ਦਾ ਅਕਾਊਂਟ ਜਰੂਰ ਹੋਣਾ ਚਾਹੀਦਾ ਕਿਉਂਕਿ ਦੋਸਤੋ ਇਸ ਦੇ ਵਿੱਚ ਤੁਹਾਡੀ ਸੈਲਰੀ ਵਗੈਰਾ ਆਉਂਦੀ ਹੈ ਇਸ ਕਰਕੇ ਤੁਹਾਡੇ ਕੋਲ ਆਪਦਾ ਬੈਂਕ ਦਾ ਅਕਾਊਂਟ ਜਰੂਰ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਕਮਿਸ਼ਨ ਦੀ ਦੋਸਤੋ ਦੇਖੋ ਇਸ ਦੇ ਵਿੱਚ ਤੁਹਾਨੂੰ ਸੈਲਰੀ ਨਹੀਂ ਮਿਲਦੀ ਹੁੰਦੀ ਤੁਸੀਂ ਕਿਸ ਜੋ ਕਮਿਸ਼ਨ ਮਿਲਦਾ ਹੁੰਦਾ ਦੋਸਤੋ ਉਸ ਦੇ ਵਿੱਚ ਤੁਹਾਨੂੰ ਸੈਲਰੀ ਵਗੈਰਾ ਨਹੀਂ ਮਿਲਦੀ ਹੁੰਦੀ ਤੇ ਦੋਸਤੋ ਇਸ ਦੇ ਵਿੱਚ ਤੁਹਾਨੂੰ ਪਰ ਪਾਰਸਲ ਤੇ ਤੁਹਾਨੂੰ ਕਮਿਸ਼ਨ ਮਿਲੇਗਾ ਜਿਵੇਂ ਦੋਸਤੋ ਜਿਵੇਂ ਤੁਸੀਂ ਕੋਈ ਪਾਰਸਲ ਨੂੰ ਡਿਲੀਵਰੀ ਕਰਦੇ ਹੋ ਡਿਲੀਵਰ ਕਰਦੇ ਹੋ ਤਾਂ ਦੋਸਤੋ ਉਸ ਦੇ ਉੱਤੇ ਤੁਹਾਨੂੰ ਕਮਿਸ਼ਨ ਮਿਲੇਗਾ ਜੇਕਰ ਤੁਸੀਂ ਕੋਈ ਪਾਰਸਲ ਰਿਟਰਨ ਰਿਟਰਨ ਕਰਦੇ ਹੋ ਮਤਲਬ ਕਿ ਰਿਟਰਨ ਆਰਡਰ ਚੱਕ ਕੇ ਲੈ ਕੇ ਆਨੇ ਤਾਂ ਦੋਸਤੋ ਉਸ ਦੇ ਉੱਤੇ ਵੀ ਤੁਹਾਨੂੰ ਕਮਿਸ਼ਨ ਮਿਲੇਗਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਇਸ ਦੇ ਪੇਮੈਂਟ ਪ੍ਰੋਸੈਸ ਦੇ ਬਾਰੇ ਤੁਹਤੋ ਦੇਖੋ ਇਸ ਦੇ ਵਿੱਚ ਹਰ ਮਹੀਨੇ ਦੀ 21 ਤਰੀਕ ਨੂੰ ਦੋਸਤੋ ਹਰ ਮਹੀਨੇ ਦੀ 21 ਤਰੀਕ ਨੂੰ ਦੇਖੋ ਤੁਸੀਂ ਇੱਕ ਮਹੀਨੇ ਦੇ ਵਿੱਚ ਜਿੰਨਾ ਵੀ ਕੰਮ ਕਰਦੇ ਹੋ ਦੋਸਤੋ ਤੁਸੀਂ ਇੱਕ ਮਹੀਨੇ ਦੇ ਵਿੱਚ ਜਿੰਨਾ ਵੀ ਕੰਮ ਕੀਤਾ ਹੋਊਗਾ ਤਾਂ ਹਰ ਮਹੀਨੇ ਦੀ 21 ਤਰੀਕ ਨੂੰ ਤੁਹਾਨੂੰ 1500 ਤੋਂ ਲੈ ਕੇ 2000 ਰੁਪਇਆ ਇੱਕ ਵਾਰੀ ਤੁਹਾਡੇ ਅਕਾਊਂਟ ਦੇ ਵਿੱਚ ਪੈ ਜਾਏਗਾ ਦੋਸਤੋ ਉਹ ਹੋਏਗਾ ਤੁਹਾਡਾ ਪੈਟਰੋਲ ਦਾ ਖਰਚਾ ਤੇ ਇਸ ਤੋਂ ਬਾਅਦ ਤੋ ਤੋ ਬਾਕੀ ਜਿੰਨਾ ਵੀ ਬਾਕੀ ਜਿੰਨੇ ਵੀ ਰੁਪਏ ਰਹਿ ਜਾਣਗੇ ਮਤਲਬ ਕਿ ਬਾਕੀ ਜਿੰਨੇ ਵੀ ਅਮਾਉਂਟ ਰਹਿ ਜੇਗੀ ਉਹ ਤੁਹਾਨੂੰ ਹਰ ਮਹੀਨੇ ਦੀ 10 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਪੈ ਜਾਏਗੀ ਤੇ ਦੋਸਤੋ ਦੇਖੋ ਇਸ ਦੇ ਵਿੱਚ ਤੁਸੀਂ ਸੋਚਦੇ ਹੋਮੋਗੇ ਕਿ ਪੈਟਰੋਲ ਦਾ ਖਰਚਾ ਤੁਹਾਨੂੰ ਐਕਸਟਰਾ ਹੈ ਦੋਸਤੋ ਐਕਸਟਰਾ ਨਹੀਂ ਹੈ ਤੁਸੀਂ ਜਿੰਨਾ ਵੀ ਕੰਮ ਕਰਦੇ ਹੋ ਉਸ ਦੇ ਵਿੱਚੋਂ ਮਤਲਬ ਕਿ ਉਹਦੇ ਵਿੱਚੋਂ ਹੀ ਤੁਹਾਨੂੰ 2000 ਰੁਪਏ ਇੱਕ ਵਾਰੀ ਤੁਹਾਡੇ 21 ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ ਪੈ ਜਾਣਗੇ ਬਾਕੀ ਜੋ ਵੀ ਰਹਿ ਗਿਆ ਉਹ 10 ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ ਪੈ ਜਾਣਗੇ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰਨੇ ਕਿ ਤੁਸੀਂ ਇਹ ਕੰਟੈਕਟ ਕਿਵੇਂ ਕਰਨਾ ਹੈ ਦੋਸਤੋ ਇਸ ਦਾ इजीली ਤੁਸੀਂ ਕੰਟੈਕਟ ਸਾਡੇ ਨਾਲ ਹੀ ਕਰ ਸਕਦੇ ਹੋ ਇਹ ਹੈ 8054034618 ਦੋਸਤੋ ਇਹ ਹੈ ਕੰਟੈਕਟ ਨੰਬਰ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਵੀ ਸਕਦੇ ਹੋ ਤੇ ਦੋਸਤੋ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਆਪਣੇ ਡਾਕੂਮੈਂਟ ਵਗੈਰਾ ਸੈਂਡ ਕਰਕੇ ਸਾਡੇ ਨਾਲ ਤੁਸੀਂ ਜੁਆਇਨਿੰਗ ਇਹਦੀ ਕਰ ਸਕਦੇ ਹੋ ਤਾਂ ਦੋਸਤੋ ਇਹ ਹੀ ਇੱਕ ਛੋਟਾ ਜਿਹਾ ਚੈਪਟਰ ਬਾਕੀ ਮਿਲਦੇ ਆਪਾਂ ਬਹੁਤ ਜਲਦੀ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਦੇ ਲਈ ਟੇਕ ਕੇਅਰ